ਇਬਰਾਨੀਆਂ ਨੂੰ ਅਧਿਆਇ 1 ਪਰਮੇਸ਼ਰ ਨੇ ਜਿਨ ਪਿਛਲਿਆਂ ਸਮੇਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਕਈ ਹਿੱਸਿਆਂ ਵਿੱਚ ਅਤੇ ਕਿਹੇ ਤਰ੍ਹਾਂ ਨਾਲ ਗੱਲਬਾਤ ਕੀਤੀ ਸੀ ਇਹਨਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤਰ ਦੇ ਰਾਹੀਂ ਗੱਲ ਕੀਤੀ ਜਿਹਨੂੰ ਉਹਨੇ ਸਭਨਾ ਵਸਤਾਂ ਦਾ ਵਾਰਸ ਬਣਾਇਆ ਅਤੇ ਉਸੇ ਦੇ ਵਸੀਲੇ ਉਹਨੇ ਜਹਾਨ ਵੀ ਰਚੇ ਉਹ ਉਸ ਦੇ ਤੇਜ ਦਾ ਪ੍ਰਤਬਿੰਬ ਅਤੇ ਉਸ ਦੀ ਜ਼ਾਤ ਦਾ ਨਕਸ਼ ਹੋ ਕੇ ਆਪਣੀ ਸਮਰੱਥਾ ਦੇ ਬਚਨ ਨਾਲ ਸਭਨਾ ਵਸਤਾਂ ਨੂੰ ਸੰਭਾਲ ਕੇ ਔਰ ਪਾਪਾ ਨੂੰ ਸਾਫ਼ ਕਰਕੇ ਪਰਮ ਧਰਮ ਵਿੱਚ ਸ਼੍ਰੀ ਵੈਗਰੂ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ ਉਹ ਦੂਤਾਂ ਨਾਲੋਂ ਕੰਨਾ ਕੋ ਉੱਤਮ ਹੋਇਆ ਜਿਨ੍ਹਾਂ ਕੋ ਉਹਨੇ ਉਹਨਾਂ ਨਾਲੋਂ ਵਿਰਸੇ ਵਿੱਚ ਉੱਤਮ ਨਾਮ ਪਾਇਆ ਕਿਉਂਕਿ ਦੂਤੇ ਵਿੱਚ ਪਰਮੇਸ਼ਰ ਨੇ ਕਿਨੂੰ ਕਦੇ ਆਖਿਆ ਤੂੰ ਮੇਰਾ ਪੁੱਤਰ ਹੈ ਮੈਂ ਅੱਜ ਤੈਨੂੰ ਜਨਮ ਦਵਾਇਆ ਹੈ ਅਤੇ ਫਿਰ ਇਹ ਮੈਂ ਉਹਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ ਅਤੇ ਜਦ ਉਸ ਪਲੋਠੇ ਨੂੰ ਸੰਸਾਰ ਵਿੱਚ ਫਿਰ ਲਿਆਉਣਾ ਹੋਵੇਗਾ ਤਾਂ ਕਹਿੰਦਾ ਹੈ ਪਰਮੇਸ਼ਰ ਦੇ ਸਭੇ ਦੂਤ ਉਹਨ ਮੱਥਾ ਟੇਕਣ ਅਤੇ ਉਹ ਦੂਤਾਂ ਦੀ ਵਿਖਿਆਖਦਾ ਹੈ ਉਹ ਆਪਣੇ ਦੂਤਾਂ ਨੂੰ ਹਵਾਵਾਂ ਅਤੇ ਆਪਣੇ ਉਪਾਸਕਾਂ ਨੂੰ ਅਗਨ ਦੀਆਂ ਲਾਟਾਂ ਬਣਾਉਂਦਾ ਹੈ ਪਰ ਪੁੱਤਰ ਦੇ ਵਿਖੇ ਤੇਰਾ ਸਿੰਘਾਸਨ ਜੁਗੁ ਜੁਗ ਪਰਮੇਸ਼ਰ ਹੈ ਅਤੇ ਸਿਧਾਈ ਦਾ ਆਸਾ ਤੇਰੇ ਰਾਜ ਦਾ ਆਸਾ ਹੈ ਤੈin ਤਰਮਨ ਨਾਲ ਪ੍ਰੇਮ ਅਤੇ ਕੁਤਰਮਨ ਨਾਲ ਵੈਰ ਰੱਖਿਆ ਇਸ ਲਈ ਪਰਮੇਸ਼ਰ ਤੇਰੇ ਪਰਮੇਸ਼ਰ ਨੇ ਖੁਸ਼ੀ ਦੇ ਤੇਲ ਨਾਲ ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਾ ਕੀਤਾ ਅਤੇ ਇਹ ਵੀ हे ਪ੍ਰਭੂ ਤੈin ਆਦ ਵਿੱਚ ਧਰਤੀ ਦੀ ਨੀਂਧਰੀ ਅਤੇ ਆਕਾਸ਼ ਤੇਰੇ ਹੱਥਾਂ ਦੀ ਕਾਰੀਗਰੀ ਹਨ ਉਹ ਨਾਸ ਹੋ ਜਾਣਗੇ ਪਰ ਤੂੰ ਅਟਲ ਰੰਦਾ ਹੈ ਉਹ ਸਾਰੇ ਕੱਪੜੇ ਵਾਂਗੂ ਪੁਰਾਣੇ ਹੋ ਜਾਣਗੇ ਅਤੇ ਚਾਦਰ ਵਾਂਗੂ ਤੂੰ ਉਹਨਾਂ ਨੂੰ ਬੁਲੇਟੇਂਗਾ ਅਤੇ ਕੱਪੜੇ ਵਾਂਗੂ ਉਹ ਬਦਲ ਜਾਣਗੇ ਪਰ ਤੂੰ ਉਹੀ ਹੈ ਅਤੇ ਤੇਰੇ ਵਰੇ ਮੁੱਕਣਗੇ ਨਹੀਂ ਪਰ ਦੂਤਾ ਵਿੱਚੋਂ ਕਿਹਦੇ ਵਿਖੇ ਉਹਨੇ ਕਦੀ ਆਖਿਆ ਤੂੰ ਮੇਰੇ ਸੱਜੇ ਪਾਸੇ ਬੈਠ ਜਾ ਤੇ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰਦਿਆਂ ਭਲਾ ਉਹ ਸਭੇ ਸੇਵਾ ਕਰਨ ਵਾਲੇ ਆਤਮੇ ਨਹੀਂ ਜਿਹੜੇ ਮੁਕਤੀ ਦਾ ਵਿਰਸਾ ਪਾਉਣ ਵਾਲਿਆਂ ਦੀ ਸੇਵਾ ਲਈ ਕੱਲੇ ਜਾਂਦੇ ਹਨ